ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਤਰਨ ਤਾਰਨ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਉਹਨਾਂ ਨੇ ਸਮੂਹ ਤਰਨ ਤਾਰਨ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਅਨਿਲ ਜੋਸ਼ੀ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਅੰਮ੍ਰਿਤਸਰ ਤੋਂ ਹੀ ਚੋਣ ਲੜਨਗੇ ਅਤੇ ਅਨਿਲ ਜੋਸ਼ੀ ਜੀ ਨੇ ਆਖਿਆ ਕਿ ਤਰਨ ਤਾਰਨ ਉਹਨਾਂ ਦੀ ਜਨਮ ਭੂਮੀ ਹੈ ਅਤੇ ਇੱਥੋਂ ਦੇ ਲੋਕ ਉਹਨਾਂ ਦਾ ਪਰਿਵਾਰ ਹਨ। ਉਹਨਾਂ ਦੇ ਸਹਿਯੋਗ ਨਾਲ ਹੀ ਉਹ ਅੰਮ੍ਰਿਤਸਰ ਤੋਂ ਚੋਣ ਲੜਨਗੇ ਅਤੇ ਜਿੱਤ ਹਾਸਲ ਕਰਨਗੇ। ਅਨਿਲ ਜੋਸ਼ੀ ਨੇ ਗੱਲਬਾਤ ਵਿੱਚ ਸੰਕੇਤ ਦਿੱਤੇ ਹਨ ਕਿ ਉਹ ਜਲਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਸਕਦੇ ਹਨ। ਨਾਓ ਸਟਾਰ ਟੀਵੀ ਦੀ ਇਹ ਰਿਪੋਰਟ। ਦੱਸੋ, ਇਹਨੂੰ ਮੀਟਿੰਗ ਨਹੀਂ ਕਹਿ ਸਕਦੇ, ਮੇਰੇ ਸਾਥੀ ਆ ਜਿਨ੍ਹਾਂ 'ਚ ਬਚਪਨ 'ਚ ਬਚਪਨ ਤੋਂ ਜਿਨ੍ਹਾਂ ਨਾਲ ਮੈਂ ਰਿਹਾ, ਜਿਨ੍ਹਾਂ ਨਾਲ ਮੈਂ ਇੱਥੇ ਖਾਧਾ ਪੀਤਾ, ਦੋਸਤੀ ਆ, ਮੇਰਾ ਪਿਆਰ ਆ, ਪਰਿਵਾਰ ਆ ਮੇਰਾ ਸਾਰਾ, ਮੇਰਾ ਕਾਰੋਬਾਰ ਇੱਥੇ ਆ, ਕਾਰੋਬਾਰ ਸੰਬੰਧ ਆ, ਇਹ ਮੇਰੇ ਸਾਰੇ ਹੀ ਪਰਿਵਾਰ ਦੇ ਲੋਕ ਸੀਗੇ। ਮੀਟਿੰਗ ਨਹੀਂ ਕਹਿ ਸਕਦੇ ਇਹਨੂੰ, ਪਰ ਹਾਂ ਇਹ ਮਿਲਣੀ ਜ਼ਰੂਰ ਕਹਿ ਸਕਦੇ ਵੀ ਆਪਾਂ ਇੱਕ ਮਿਲਣ ਸਮਾਰੋਹ ਸਮਝ ਲਓ ਇਹਨੂੰ, ਵੀ ਸਾਰਿਆਂ ਨੂੰ ਮੈਂ ਬਹੁਤ ਦੇਰ ਤੋਂ ਜਿਹੜਾ ਵਾ ਇਸ ਤਰ੍ਹਾਂ ਇਕੱਠਿਆਂ ਰੂਪ 'ਚ ਨਹੀਂ ਮਿਲ ਪਾਇਆ ਸੀ ਅਤੇ ਅੱਜ ਮਿਲਿਆ ਮੈਂ। ਅਤੇ ਨਾਲ ਇਹੀ ਆ ਕਿ ਕਿਉਂਕਿ ਸੰਘਰਸ਼ ਤਾਂ ਜ਼ਿੰਦਗੀ ਦਾ ਹਿੱਸਾ ਵਾ, ਇੱਕ ਮੋੜ 'ਤੇ ਇਸ ਵੇਲੇ ਆਪਾਂ, ਅਤੇ ਇਹ ਜਿਨ੍ਹਾਂ ਲੋਕਾਂ ਨੇ ਮੈਨੂੰ ਬਚਪਨ ਤੋਂ ਅੱਗੇ ਵਧਾਇਆ, ਸਾਥ ਦੇ ਕੇ ਥੋੜ੍ਹਾ 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 ਮੈਨੂੰ MLA ਮੰਤਰੀ ਇੱਥੋਂ ਤੱਕ ਮੈਂ ਰਿਹਾ, 3 ਇਲੈਕਸ਼ਨਾਂ ਮੈਂ ਲੜ ਲਈਆਂ, ਗੁਰੂ ਦੀ ਨਗਰੀ ਤੋਂ ਪਾਇਆ, ਪੰਜਾਬ ਦੀ ਆਪਾਂ ਸੇਵਾ ਕਰ ਲਈ, ਪਰ ਇਹਨਾਂ ਦਾ ਹਮੇਸ਼ਾ ਹੀ ਸਾਥ ਇਸ ਪਰਿਵਾਰ ਦਾ ਮੇਰੇ ਨਾਲ ਰਿਹਾ। ਅਤੇ ਅੱਜ ਫਿਰ ਇਸੇ ਹੀ ਜਿਸ ਮੋੜ 'ਤੇ ਹਾਂ, ਅਤੇ ਉਸ ਮੋੜ ਦੇ ਉੱਤੇ ਅਸੀਂ ਇਹੀ ਸਲਾਹ ਕੀਤੀ ਹੈ ਸਾਰਿਆਂ ਵੀ ਆਪਾਂ ਪਹਿਲਾਂ ਵੀ ਇਕੱਠੇ ਸੀ ਅਤੇ ਅੱਜ ਵੀ ਇਕੱਠੇ ਹਾਂ। ਦੇਖੋ, ਮੈਂ ਜਿਹੜੀ ਹੈ ਨਾ ਉਹ ਖਬਰਾਂ 'ਤੇ ਚਲੋ ਇੰਡੀਕੇਸ਼ਨ ਆ ਹੀ ਗਈ, ਪਰ ਮੈਂ ਹਮੇਸ਼ਾ ਤੋਂ ਹੀ, ਕਿਉਂਕਿ ਜੇ ਇਹ ਕਿਸਾਨੀ ਮੁੱਦਾ ਲੱਲੀਏ ਤਾਂ ਇਹ ਦਿੱਲੀ ਦਾ ਮੁੱਦਾ, ਭਾਰਤੀ ਜਨਤਾ ਪਾਰਟੀ ਦਾ। ਅੱਜ ਵੀ ਮੈਂ ਕਹਿ ਸਕਦਾ ਮੈਂ ਉਸ ਪਾਰਟੀ 'ਚ ਨਹੀਂ ਗਿਆ, ਪਰ 35 ਸਾਲ ਮੈਂ ਉਸ ਸੰਗਠਨ ਪਾਰਟੀ 'ਚ ਕੰਮ ਕੀਤਾ, ਅਤੇ ਮੈਂ ਕਹਿ ਸਕਦਾ 90% ਵਰਕਰ ਅੱਜ ਚਾਹੁੰਦਾ ਵਾ, ਅੱਜ ਵੀ, ਅਤੇ ਉਦੋਂ ਵੀ ਚਾਹੁੰਦਾ ਸੀ ਜਦੋਂ ਮੈਂ ਆਵਾਜ਼ ਉਠਾਉਣੀ ਸ਼ੁਰੂ ਕੀਤੀ ਸੀ ਕਿ ਕਿਸਾਨਾਂ ਨੂੰ ਖੁਸ਼ੀ ਖੁਸ਼ੀ ਘਰ ਭੇਜਿਆ ਜਾਵੇ, ਇਹਨਾਂ ਦੀਆਂ ਡਿਮਾਂਡਸ ਮੰਨੀਆਂ ਜਾਣ। ਪਰ ਉਹ ਵਿਚਾਰਾ ਕਈਆਂ ਨੂੰ ਨਹੀਂ ਗੱਲ ਮੀਡੀਆ 'ਚ ਕਰ ਪਾਉਂਦੇ, ਕਈ ਬੰਦੇ ਇੰਨਾ ਹੌਸਲਾ ਨਹੀਂ ਕਰ ਪਾਉਂਦੇ ਪਾਰਟੀ ਦੇ ਲੀਡਰਾਂ ਤੱਕ, ਪਰ ਉਹ ਵੀ ਚਾਹੁੰਦਾ, ਪਰ ਮਜਬੂਰ ਇਹ ਆ ਕਿ ਹੁਕਮ ਦਿੱਲੀਓਂ ਆਉਣਾ। ਜੇ ਤੁਸੀਂ ਹੋਰ ਕਿਸੇ ਪਾਰਟੀ ਦੀ ਗੱਲ ਕਰ ਲਓ, ਕਾਂਗਰਸ ਦੀ ਗੱਲ ਕਰ ਲਓ, ਕੋਈ ਸਮੱਸਿਆ ਪਈ ਇਹਨਾਂ ਦਾ ਘਰੇਲੂ ਆਪਣਾ ਪੰਜਾਬ ਕਾਂਗਰਸ ਦਾ ਡਿਸਪਿਊਟ ਪਿਆ, ਕਦੀ ਸਿੱਧੂ ਜਾ ਰਿਹਾ ਦਿੱਲੀ, ਕਦੀ ਕੈਪਟਨ ਜਾ ਰਿਹਾ ਦਿੱਲੀ, ਹੁਕਮ ਦਿੱਲੀਓਂ ਆਉਣਾ ਕਾਂਗਰਸ ਦਾ ਵੀ। ਇੱਕ ਤੀਜੀ ਪਾਰਟੀ ਆ ਗਈ ਆਮ ਪਾਰਟੀ ਜਿਹੜੀ ਆ, ਉਹ ਕੇਜਰੀਵਾਲ ਸਾਹਿਬ ਅਤੇ ਜਿੰਨੇ ਪੰਜਾਬ ਦੇ ਬੰਦੇ ਕੋਈ ਖੁੱਲ੍ਹ ਕੇ ਗੱਲ ਕਰਨ ਵਾਲੇ ਉਹ ਗਏ ਅਤੇ ਵਾਪਸ ਆ ਗਏ। ਉਹਦਾ ਤਾਂ ਮੈਨੂੰ ਐਂ ਲੱਗਦਾ ਵੀ ਉਹ ਰਿਮੋਟ ਨਾਲ ਚੱਲਣ ਵਾਲੇ ਜਿਹੜੇ ਨਾ ਮੁਲਾਜ਼ਮ ਚਾਹੁੰਦਾ ਵਾ, ਜਿਹੜੇ ਜਿਸ ਤਰ੍ਹਾਂ ਕੋਈ ਨੌਕਰੀ ਕਰਦੇ ਹੁੰਦੇ ਆ ਨਾ ਬੰਦੇ, ਵੀ ਜਿਹੜੇ ਜੱਸਾਰੀ ਕਰਨ, ਉਹ ਵੀ ਹੁਕਮ ਦਿੱਲੀਓਂ ਹੀ ਆਉਂਦਾ। ਇਸ ਕਰਕੇ ਮੈਂ, ਮੇਰਾ ਮਤ ਜਿਹੜਾ ਬਣਿਆ ਸ਼ੁਰੂ ਤੋਂ ਇਹੀ ਬਣਿਆ, ਫਿਰ ਜਦੋਂ ਮੈਨੂੰ ਇਹ ਇੰਟਰਵਿਊਜ਼ ਹੋਈਆਂ, ਮੈਂ ਬੋਲਿਆ ਓਪਨ ਕਿਸਾਨਾਂ ਦੇ ਹੱਕ 'ਚ, ਆੜ੍ਹਤੀਆਂ ਦੇ ਹੱਕ 'ਚ, ਵਪਾਰੀਆਂ ਦੇ ਹੱਕ 'ਚ, ਜਿਨ੍ਹਾਂ ਨੂੰ ਵਿਚੋਲੀਏ ਦਾ ਦਰਜਾ ਦਿੱਤਾ ਗਿਆ ਉਹਨਾਂ ਦੇ ਹੱਕ 'ਚ ਆਵਾਜ਼ ਉਠਾਈ, ਕਿਸਾਨਾਂ ਦੇ ਹੱਕ 'ਚ। ਅਤੇ ਉਸ ਵੇਲੇ ਮੈਨੂੰ ਇਹੀ ਲੱਗਾ ਕਿ ਪੰਜਾਬ ਦੇ ਮਸਲੇ ਪੰਜਾਬ 'ਚ ਹੱਲ ਕਰਨ ਵਾਲੀ ਸਰਕਾਰ ਹੋਣੀ ਚਾਹੀਦੀ ਹੈ, ਪਰ ਇੱਕ ਸੈਕੂਲਰ ਫੇਸ ਨਾ ਹੋਵੇ। ਅਤੇ ਉਹਦੇ 'ਚ ਫਿਰ ਮੈਨੂੰ ਸਵਾਲ ਆਇਆ ਵੀ ਅਕਾਲੀ ਦਲ ਜਿਹੜੀ ਹੈ ਉਹ ਰੀਜਨਲ ਪਾਰਟੀ ਦੇ ਇਹੀ ਹੈ, ਤੁਸੀਂ ਜਿਸ ਰੀਜਨਲ ਪਾਰਟੀ ਦੀ ਗੱਲ ਕਰਦੇ ਜੇ। ਪਰ ਮੈਂ ਕਿਹਾ ਹਾਂ, ਅਕਾਲੀ ਦਲ ਅਗਰ ਜਿਸ ਤਰ੍ਹਾਂ BJP ਨਾਲ ਸਮਝੌਤਾ ਕਰਕੇ ਇੱਕ ਸੈਕੂਲਰ ਫੇਸ ਬਣਾਉਂਦਾ ਸੀ, ਅੱਜ ਸਮਝੌਤਾ ਤਾਂ ਇਸੇ ਕਿਸਾਨੀ ਮੁੱਦੇ 'ਤੇ ਟੁੱਟ ਗਿਆ, ਪਰ ਜੇ ਅਕਾਲੀ ਦਲ ਉਨੀ ਗਿਣਤੀ ਦੇ ਵਿੱਚ ਇੱਜ਼ਤ ਮਾਣ ਹਿੰਦੂ ਕਮਿਊਨਿਟੀ ਨੂੰ, ਸ਼ਹਿਰ ਦੇ ਲੋਕਾਂ ਨੂੰ ਜਿਹੜੇ ਸ਼ਹਿਰਾਂ ਦੀ ਨੁਮਾਇੰਦਗੀ ਕਰਦੇ ਆ ਉਹਦੇ 'ਚ ਆਉਂਦਾ ਵਾ, ਜਿਸ ਤਰ੍ਹਾਂ ਇੱਕ ਫਿਰ ਉਹਨਾਂ ਨੇ ਦਲਿਤ CM ਇੱਕ ਹਿੰਦੂ CM ਦਾ ਅਨਾਊਂਸ ਕੀਤਾ, ਮੈਂ ਇਸ ਕਮਿਊਨਿਟੀ ਵਾਈਜ਼ ਕਦੀ ਪੋਲੀਟਿਕਸ ਨਹੀਂ ਕੀਤੀ, ਪਰ ਪਾਰਟੀਆਂ ਜਿਹੜੀਆਂ ਵਾ ਇਹੋ ਜਿਹਾ ਫੇਸ ਬਣਾ ਕੇ ਅਗਰ ਆਉਂਦੀਆਂ ਵਾ, ਜਾਂ ਅਕਾਲੀ ਦਲ ਜਿਹੜਾ ਵਾ ਇਹ ਸੈਕੂਲਰ ਫੇਸ ਦੇ ਨਾਲ ਹਿੰਦੂ ਦਲਿਤ ਦੇ ਨਾਲ ਬਸਪਾ ਦੇ ਰੂਪ 'ਚ ਆ ਹੀ ਗਏ, ਦਲਿਤ DC ਦਾ ਉਹਨਾਂ ਨੇ ਅਨਾਊਂਸ ਕਰ ਹੀ ਦਿੱਤਾ, ਹਿੰਦੂ CM ਦਾ ਵੀ ਕਰਤਾ, ਪਰ ਹਿੰਦੂ ਉਨੀ ਗਿਣਤੀ ਦੇ ਵਿੱਚ ਅਗਰ ਸ਼ਹਿਰੀ ਅਤੇ ਹਿੰਦੂ ਜਿਹੜੇ ਆ ਉਹਦੇ 'ਚ ਪਾਰਟੀ ਜਾਂਦੇ ਆ। ਅਤੇ ਮੇਰਾ ਖਿਆਲ ਹੈ ਵੀ ਇਹ ਜਿਹੜਾ ਮੈਸੇਜ ਜਦੋਂ ਵਾਜਪਾਈ ਸਾਹਿਬ ਨੇ ਬਾਦਲ ਸਾਹਿਬ ਦੇ ਨਾਲ ਸਮਝੌਤਾ ਕੀਤਾ ਸੀ, ਅਤੇ ਇਹਦਾ ਮੈਸੇਜ ਹਿੰਦੂ ਸਿੱਖ ਦਾ ਨੌਵਾਂ ਦੇ ਰਿਸ਼ਤੇ ਦਾ ਜਿਹੜਾ ਵਾ ਅੱਤਵਾਦ ਤੋਂ ਬਾਅਦ ਜਿਹੜਾ ਮੈਸੇਜ ਪੂਰੀ ਦੁਨੀਆ 'ਚ ਗਿਆ ਸੀ, ਉਹ ਮੈਸੇਜ ਫਿਰ ਉਹਦੀ ਜ਼ਰੂਰਤ ਆ। ਅਤੇ ਇਹ ਮੇਰਾ ਖਿਆਲ ਜੇ ਇਸ ਤਰ੍ਹਾਂ ਦਾ ਫੇਸ ਅਕਾਲੀ ਦਲ ਦਾ ਬਣਦਾ ਤਾਂ ਮੈਂ ਅਕਾਲੀ ਦਲ 'ਚ ਵੀ ਜਾਣ ਨੂੰ ਤਿਆਰ ਹਾਂ, ਅਤੇ ਨਾਲ ਇਹਦਾ ਮੈਸੇਜ ਵੀ ਜਿਹੜਾ ਵਾ ਪੂਰੇ ਫਿਰ ਦੁਨੀਆ ਦੇ ਵਿੱਚ ਇੱਕ 9 ਮਾਸ ਦੇ ਰਿਸ਼ਤੇ ਵਾਲਾ ਜਾਊਗਾ। ਦੇਖੋ, ਡੇਟ ਜਿਹੜੀ ਆ ਉਹ ਤਾਂ ਹਾਲੇ ਜਦੋਂ ਮੁੱਦਿਆਂ ਦੇ ਉੱਤੇ ਗੱਲ ਜਿਹੜੀ ਸਿਰੇ ਚੜ੍ਹ ਜੂਗੀ ਉਦੋਂ ਪਤਾ ਲੱਗ ਜੂਗਾ, ਇਹ ਤਾਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਡਿਸਾਈਡ ਜਿਹੜਾ ਹੋਊਗੀ, ਜਦੋਂ ਗੱਲ ਉਹ ਦੱਸਿਆ ਜਾਊਗਾ।
पर यह है सब तो पहला तो यह जड़ियाँ चीज़ा वा ये सैटल करने वाली है। नहीं मैं वेखो जी अमृतसर इलैक्शन जी मैं मरण तक ये कॉन्स्टिटुएंसी जी मेरी हैगी है ना अमृतसर नॉर्थ उतों ही इलैक्शन लड़नी है तो उत ही मैं रहना बाकी ये मेरा परिवार है तुम दस्या ये मेरी जड़ है ये गुरु अर्जन साहब के मैं हर अभियान जोड़ा वा इतों गुरु अर्जन साहब के इस नगरी तो किया चरणों के किया तो अज भी मैं हूँ इस तो बाद मैं हूँ दरबार साहब जाऊँगा आशीर्वाद लूँ गुरु महाराज का तो ये नवा रस्ता जोड़ा आप अगला आने वाला समा वा वो जो दिशा देंगे गुरु महाराज।